ਅਸੀਂ ਪਿੰਗਾ ਝੂਟ ਕੇ ਜਾਂਦੇ ਹਾਂ, ਦਾਣੇ ਬਣਾ ਕੇ ਜਾਂਦੇ ਹਾਂ, ਝੋਲੀਆਂ 'ਚ ਪਾਏ ਹੁੰਦੇ ਸੀ, ਖਾਂਦੇ ਪੀਂਦੇ ਆਉਂਦੇ ਸੀਗੇ, ਗਾਉਂਦੇ ਆਉਂਦੇ ਵਜਾਉਂਦੇ ਵੀ ਆਉਂਦੇ ਹੁੰਦੇ ਸੀ। ਅਤੇ ਹੁਣ ਸਾਨੂੰ ਉਹ ਮੌਕਿਆਂ 'ਚ ਲੱਭਦਾ ਹੁਣ ਅਸੀਂ ਹੈ ਜਿਉਂ ਅਸੀਂ ਸਹੁਰੇ ਆਏ ਹਾਂ ਅਤੇ ਅੱਜ ਅਸੀਂ ਤੀਆਂ ਦੇਖੀਆਂ ਅਤੇ ਨਾਲ ਸਾਡੀ ਸੱਸ ਵੀ ਆਈ ਹੋਈ ਆ ਅਤੇ ਸਾਨੂੰ ਬਹੁਤ ਵਧੀਆ ਲੱਗਾ। ਪਹਿਲਾਂ ਵੀ ਬਹੁਤ ਨੱਚਿਆ ਹੋਇਆ ਵਾ, ਕੁੜੀਆਂ ਬੱਚੇ ਨੌਵਾਂ ਸਾਰੇ ਸਾਰੇ ਆਏ ਆ। ਸੱਸ ਕਿੱਥੇ ਆ? ਸੱਸ ਤੁਸੀਂ ਨਵਾਂ ਨੂੰ ਨਾਲ ਲੈ ਕੇ ਆਏ? ਹਾਂ, ਤੇ ਤੁਹਾਡੇ ਵੇਲੇ ਜਦੋਂ ਇੱਥੇ ਤੁਸੀਂ ਵਿਆਹੇ ਆਏ ਸੀ ਪਿੰਡ ਦੇ ਵਿੱਚ, ਉਦੋਂ ਤੀਆਂ ਲੱਗਦੀਆਂ ਹੁੰਦੀਆਂ? ਕਿੱਦਾਂ ਦੀਆਂ ਲੱਗਦੀਆਂ ਹੁੰਦੀਆਂ? ਉਦੋਂ ਇੱਕ ਬੰਨੇ ਬੰਦੇ ਇੱਕ ਬੰਨੇ ਬੁੜੀਆਂ। ਠੀਕ ਆ, ਆ ਚਾਚੀ ਬੋਲੂਗੀਆਂ। ਚਾਚੀ ਕਿੱਦਾਂ ਦਾ ਲੱਗਾ ਤੈਨੂੰ? ਮੈਂ ਜਦੋਂ ਵਿਆਹੀ ਆਈ ਹਾਂ, ਹਾਂ, ਉਦੋਂ ਬਹੁਤ ਪਾਣੀ ਹੀ ਆਇਆ। ਅੱਛਾ, ਹੜ ਆਇਆ? ਹੜ ਆਇਆ ਸੀ। ਹਾਂ, ਭਾਦੋਂ 'ਚ ਚਾਚਾ ਤੇਰਾ ਲੈ ਕੇ ਆਇਆ ਸੀ ਮੈਨੂੰ। ਅੱਛਾ, ਹੈ ਉਦੋਂ ਆਉਂਦੇ ਸਾਲ 'ਚ ਤੀਆਂ ਵੇਖੀਆਂ, ਉਦੋਂ ਮਾਹੌਲ ਕੋਈ ਹੋਰ ਸੀ ਤੇ ਹੁਣ ਹੋਰ ਹੋ ਗਿਆ। ਤੇ ਹੁਣ ਜਿਹੜੀ ਤੁਸੀਂ ਸੱਭਿਆਚਾਰ ਬਣਾਈ ਆ ਇਹਦੇ ਵਿੱਚ ਬਹੁਤ ਫਰਕ ਪੈ ਗਿਆ ਵਾ, ਬਹੁਤ ਜ਼ਿਆਦਾ ਪਛਾਣ ਵੱਧ ਗਈ ਆ ਪਿੰਡ ਦੀ ਅਤੇ ਬੜੀ ਦੂਰ ਦੂਰ ਤੱਕ ਧੁੰਮ ਪੈਂਦੀ ਆ। ਅਸੀਂ ਇਹਦੇ ਵਿੱਚ ਬਹੁਤ ਆਪਾਂ ਖੁਸ਼ ਹੋਵਾਂ ਜੀ, ਇਹਦੇ ਵਿੱਚ ਧੀਆਂ ਭੈਣਾਂ ਨੌਵਾਂ ਚਾਚੀਆਂ ਤਾਈਆਂ ਭੈਣਾਂ ਦਰਾਣੀਆਂ ਜਠਾਣੀਆਂ ਸਭ ਇਕੱਠੇ ਹੋ ਕੇ ਆਏ ਹਾਂ। ਕੁੜੀਆਂ ਕਿੱਦਾਂ? ਕੁੜੀਆਂ ਵੀ ਆਈਆਂ, ਕੋਈ ਪੇਕਿਆਂ ਤੋਂ ਸਹੁਰਿਆਂ ਤੋਂ ਆਈਆਂ ਕੋਈ ਕਿ ਨਹੀਂ? ਆਈਆਂ ਆਈਆਂ ਸਾਰੀਆਂ। ਉਹਨਾਂ ਨੇ ਖੂਬ ਇੰਜੋਏ ਕੀਤਾ, ਆਨੰਦ ਮਾਣਿਆ ਪੂਰਾ ਪ੍ਰੋਗਰਾਮ ਦਾ। ਤੇ ਚਾਚੀ ਹੁਣ ਤੁਸੀਂ ਕਿੱਦਾਂ ਦਾ ਲੱਗਾ ਪ੍ਰੋਗਰਾਮ? ਬਹੁਤ ਵਧੀਆ ਪ੍ਰੋਗਰਾਮ ਲੱਗਾ, ਸੋਹਣਾ ਲੱਗਾ। ਪਿੰਗਾਂ ਚੜ੍ਹਾਈਆਂ ਵਾ, ਨੱਚੇ ਆ, ਭੁੜਕੇ ਆ, ਸਾਰੇ ਕੰਮ ਦਿੱਤੇ ਆ, ਗੋਲ ਗੱਪੇ ਲੱਗੇ, ਉਹ ਵੀ ਖਾਧੇ ਆ, ਪਿੰਗ ਵੀ ਬਹੁਤ ਚੜ੍ਹਾਈ ਆ। ਅਸੀਂ ਸਾਰੇ ਸਾਡੇ ਸੱਸ ਵੀ ਆਈ ਆ, ਚਟਾਣੀਆਂ ਵੀ ਆਈਆਂ, ਬੱਚੇ ਵੀ ਆਏ ਆ, ਨਵਾਂ ਵੀ ਆਈਆਂ। ਅਤੇ ਬਹੁਤ ਭਾਜੀ ਦਾ ਧੰਨਵਾਦ ਕਹਿੰਦਾ ਫਿਰ ਉਹ ਮੌਕਾ ਲੈ। ਬਹੁਤ ਵਧੀਆ ਕੰਮ ਕਰ ਰਹੇ ਆ, ਪਿੰਗਾਂ ਲੱਗੀਆਂ ਹੋਈਆਂ, ਮਤਲਬ ਫੁੱਲ ਇੰਜੋਏ ਪਿੰਡ ਦੇ ਹੋਈ ਆ ਸਟਰੋਂਗ।